जिला मोगा के कस्बा बांधनी कला की पुलिस ने मुस्तैदी दिखाते हुए एक महिला के अंधे कत्ल की गुत्थी को चंद घंटों में ही सुलझा दिया। पुलिस जांच में यह बात सामने आई है कि जिले के गांव रायुके कला की मृतक करमजीत कौर के बदनी कला के युवक सेवक सिंह के साथ पिछले 8 से 10 सालों से प्रेम प्रसंग थे, क्योंकि अब सेवक का रिश्ता तय हो गया था और मृतका करमजीत कौर अपने आशिक करमजीत पर यह शादी ना करने के लिए दबाव डाल रही थी, जिसके चलते अपनी प्रेमिका करमजीत कौर को अपनी शादी के रास्ते से हटाने के लिए सेवक सिंह ने अपने साथियों सहित मिलकर उसे मौत के घाट उतारा। काफी 4-5 साल तो वो मेरे को रहना चाहते थी, मेरी मैरिज मैं मंगनी करवा रही थी, मंगनी करवाने का तो तक ना मेरे रहना चाहते थी, बस घर आ गए, घर आके मैंने पता नहीं लगे, बस मैं उन्होंने घर घोट के मार दिया, पता नहीं लगे घर कल करके पता नहीं लगे मैं दिमाग में की हुआ एकदम घर घोट तो होर तेरे नाल कौन कौन थे ਸਾਨੂੰ ਪਰਸੋਂ ਸੁਬਹਾ ਕਰੀਬ 8 ਵਜੇ ਕਿਸੇ ਪ੍ਰਾਈਵੇਟ ਆਦਮੀ ਦਾ ਫੋਨ ਆਇਆ ਕਿ ਕਿੱਥੇ ਅਨਨੋਨ ਕੋਈ ਡੈਡ ਬੋਡੀ ਪਈ ਆ ਨਹਿਰ ਦੀ ਪਟੜੀ ਦੇ। ਜਿਸ ਸੰਬੰਧੀ ਮੈਂ ਮੌਕਾ 'ਤੇ ਪਹੁੰਚਿਆ ਅਤੇ ਆਸੇ ਪਾਸੇ ਦੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਆਵਾਜ਼ ਦਵਾਈ, ਉਹਦੀਆਂ ਫੋਟੋਜ ਲੈ ਕੇ ਵਟਸਐਪ ਗਰੁੱਪਾਂ ਦੇ ਵਿੱਚ ਪਾਈਆਂ ਅਤੇ ਕਰੀਬ 3 ਘੰਟਿਆਂ ਦੇ ਵਿੱਚ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ। ਜਿਹੜੇ ਮਾਰਨ ਵਾਲਾ ਸੀਗਾ ਬੰਦਾ, ਉਹਦਾ ਮਰਡਰ ਕਰਨ ਵਾਲਾ, ਉਹ ਕਿੱਥੋਂ ਦਾ ਬੰਦਾ ਸੀਗਾ ਜੀ? ਉਹ ਇੱਥੋਂ ਬਦਨੀ ਤੋਂ ਹੀ ਆ, ਉਸਦਾ ਨਾਂ ਸੇਵਕ ਸਿੰਘ ਆ, ਸਾ ਨਾਂ ਹੁਲਾਲੀ ਸਿੰਘ, ਬਦਨੀ ਦਾ ਰਹਿਣ ਵਾਲਾ। ਸੇਵਕ ਸਿੰਘ ਦੇ ਉਸ ਲੇਡੀ ਦੇ ਨਾਲ ਜਿਸ ਦਾ ਨਾਂ ਕਰਮਜੀਤ ਕੌਰ, ਪਿੰਡ ਰਾਉਕੇ ਸੀ, ਨਾਲ ਨਜਾਇਜ਼ ਸੰਬੰਧ ਸੀ 8-10 ਸਾਲਾਂ ਤੋਂ, ਅਤੇ ਹੁਣ ਸੇਵਕ ਸਿੰਘ ਨੇ 10-12 ਦਿਨਾਂ ਤੋਂ ਆਪਣੀ ਮੰਗਣੀ ਕਿਸੇ ਹੋਰ ਜਗ੍ਹਾ ਕਰਾ ਲਈ ਸੀ, ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ। ਨਹੀਂ, ਉਸ ਦੇ ਨਾਲ ਤਫਤੀਸ਼ ਜਾਰੀ ਆ, 2 ਜਣੇ ਹੋਰ ਸੀਗੇ, ਉਸਨੇ ਉਹਨੂੰ ਵਧਣੀ ਇੱਥੇ ਬੁਲਾਇਆ, ਇੱਥੇ ਸੇਵਕ ਸਿੰਘ ਦੀ ਮੋਟਰ ਆ, ਉਹਨੇ ਠੇਕੇ 'ਤੇ 4 ਕਨਾਲਾਂ ਪੱਠੇ ਵੀ ਬੀਜੇ ਹੋਏ ਆ, ਮੋਟਰ 'ਤੇ ਬੁਲਾ ਕੇ ਉਸਦਾ ਇਹ ਕਤਲ ਕੀਤਾ, ਅਤੇ ਦੂਸਰਿਆਂ ਦੀ ਭਾਲ ਜਾਰੀ ਆ। ਅੱਜ ਅਸੀਂ ਇਸ ਦਾ ਪ੍ਰੀ ਸਰਵਾਂਡ ਲਿਆ 5 ਦਿਨ ਦਾ, ਅਤੇ ਜੋ ਇਹਨੇ ਕਾਰ ਵਰਤੀ ਸੀਗੀ ਡੈੱਡ ਬੋਡੀ ਨੂੰ ਮੋਟਰ ਤੋਂ ਲਿਜਾ ਕੇ ਨਹਿਰ ਦੀ ਪੱਟੜੀ 'ਤੇ ਸੁੱਟਣ ਲਈ ਆਪਣੇ 2 ਸਾਥੀਆਂ ਦੇ ਨਾਲ, ਉਹ ਅਸੀਂ ਰਿਕਵਰ ਕਰ ਲਈ ਹੈ, ਅਤੇ ਜਿਹੜੀ ਪੱਲੀ ਦੇ ਵਿੱਚ ਬੰਨ ਕੇ ਲਗਾਏ ਸੀ ਉਹ ਪੱਲੀ ਵੀ ਅਸੀਂ ਇਹਦੇ ਤੋਂ 27। ਮੋਗਾ ਸੇ ਦਿਲੀਪ ਕੁਮਾਰ ਕੀ ਰਿਪੋਰਟ।